ਧਾਨ ਸਿੰਘ ਮੰਡ ਸਾਡੇ ਨਾਲ ਗੱਲਬਾਤ ਕਰਦੇ। ਮੰਡ ਸਾਹਿਬ ਸਰਕਾਰ ਵੱਲੋਂ ਮੈਂ ਪਹਿਲਾਂ ਦੱਸ ਚੁੱਕਾ ਗੁਰੂ ਗ੍ਰੰਥ ਸਾਹਿਬ ਦੀ ਜਿਹਨਾਂ ਨੇ ਬੇਅਦਬੀ ਕੀਤੀ ਉਹ ਕਟਹਿਰੇ ਦੇ ਵਿੱਚ ਨੇ, ਜੇਲ੍ਹਾਂ ਦੇ ਵਿੱਚ ਨੇ। ਉਹ ਸਾਡੀ ਮੰਗ ਮੰਡ ਸਾਹਿਬ ਮੁੱਖ ਮੰਗਾਂ ਜਿਹੜੀਆਂ ਤਿੰਨ ਮੰਗੀਆਂ ਆਈਆਂ ਸੀ ਤੁਹਾਡੇ ਕੋਲ 6 ਮਹੀਨੇ ਪਹਿਲਾਂ, ਕੀ ਉਹਨਾਂ ਤਿੰਨਾਂ ਦੇ ਉੱਪਰ ਸਰਕਾਰ ਨੇ ਭਰੋਸਾ ਦਵਾਇਆ? ਬਿਲਕੁਲ, ਗੁਰੂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਉੱਥੇ ਸਹੁੰ ਖਾਧੀ ਹੈ ਤੇ ਅਰਦਾਸ ਕੀਤੀ। ਇਸ ਤੋਂ ਵੱਡੀ ਕੋਈ ਸਫਾਈ ਨਹੀਂ ਹੋ ਸਕਦੀ। ਮੰਡ ਸਾਹਿਬ ਇੱਕ ਗੱਲ ਇਹ ਹੈ ਕਿ ਵਿਰੋਧੀ ਇਹ ਕਹਿ ਰਹੇ ਆ ਕਿ ਕਾਂਗਰਸ ਨੇ ਇਹ ਮੋਰਚਾ ਚੁਕਵਾ ਦਿੱਤਾ, ਤੁਸੀਂ ਕੀ ਕਹਿਣਾ? ਨਾ, ਕਾਂਗਰਸ ਨੇ ਚੁਕਾਇਆ, ਮੋਰਚੇ ਦੇ ਪੜਾਅ ਬਦਲੇ ਜਾਂਦੇ ਨੇ। ਇਹ ਜ਼ਰੂਰੀ ਨਹੀਂ ਕਿਤੇ ਇੱਕੇ ਥਾਂ 'ਤੇ ਖੜ੍ਹ ਕੇ ਲੜਾਈ ਲੜੀ ਜਾਂਦੀ ਹੈ। ਅਸੀਂ ਆਪਦੀ ਲੜਾਈ ਅਸੀਂ ਆਉਣ ਵਾਲੇ ਸਮੇਂ ਵਿੱਚ ਅਸੀਂ 20 ਤਰੀਕ ਨੂੰ ਇਹਦਾ ਐਲਾਨ ਕਰਾਂਗੇ, ਤੁਹਾਨੂੰ ਪਤਾ ਲੱਗ ਜੂ ਕਿ ਅਗਲਾ ਪੜਾਅ ਕਿਹੜਾ। ਦੂਸਰਾ ਮੋਰਚਾ ਵੀ ਕੀ ਬਰਗਾੜੀ ਦੀ ਤਰ੍ਹਾਂ ਹੀ ਹੋਵੇਗਾ? ਇਸ ਤੋਂ ਵੀ ਸ਼ਕਤੀਸ਼ਾਲੀ ਹੋਊਗਾ। ਇਹ ਨੇ ਧਿਆਨ ਸਿੰਘ ਮੰਡ, ਇਨਸਾਫ ਮੋਰਚੇ ਦੇ ਮੁਖੀ, ਜਿਨ੍ਹਾਂ ਦੇ ਵੱਲੋਂ ਇਨਸਾਫ ਮੋਰਚਾ ਲਗਾਇਆ ਗਿਆ ਸੀ ਅਤੇ ਅੱਜ ਪਹਿਲਾ ਪੜਾਅ ਖਤਮ ਕਰਕੇ ਦੂਸਰੇ ਦਾ ਐਲਾਨ ਕਰ ਦਿੱਤਾ ਕਿ 20 ਤਰੀਕ ਨੂੰ ਮੀਟਿੰਗ ਹੋਏਗੀ। ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਜਾਇਆ ਜਾਵੇਗਾ, ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜਾ ਕੇ ਜੋ ਗੁਰੂ ਸਾਹਿਬ ਦੇ ਪਤਰੇ ਪਾੜੇ ਗਏ ਨੇ, ਬੇਅਦਬੀ ਕੀਤੀ ਆ, ਉਹਨਾਂ ਦੇ ਦੋਸ਼ੀਆਂ ਨੂੰ ਜ਼ਰੂਰ ਸਜ਼ਾ ਸੁਣਵਾਈ ਜਾਵੇਗੀ। ਕੈਮਰਾਮੈਨ ਹਰਜਿੰਦਰ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ।